ਕਹਿੰਦਾ ਸਾਲਿਆ ਤੈਨੂੰ 200 ਤੂੰ ਭੈਣ ਦੇਣੀ ਸਾਲਿਆ ਮੇਰਿਆ ਮੈਨੂੰ ਹੈ ਜਿਹਨੇ ਭੈਣ ਦੇਣੀ ਆਓ ਫਿਰ ਇਹ ਖੂਹ ਆ ਅਗਲੇ ਬੰਨੇ ਜਿੱਦਾਂ ਦੀ ਆਵਾਜ਼ ਕੱਢੂ ਉਦਾਂ ਦੀ ਦਊਂਗਾ ਤੁਹਾਨੂੰ ਸਾਲਾ ਨਾ ਹੋਵੇ ਮੇਰਾ ਗੱਲ ਏਦਾਂ ਵੀ ਦੋਸਤੋ ਹੁਣ ਇੱਕ ਬੰਦਾ ਜੇ ਤਾਂ ਤੇਰੇ ਕੋਲ ਫੇਮ ਹੈ ਮੇਰੇ ਵੀਰ ਤੈਨੂੰ ਰੱਬ ਨੇ ਬਖਸ਼ਿਆ ਹੈ ਨਾ ਤੂੰ ਯਾਰ ਮੈਂ ਤੂੰ ਕਿਸੇ ਦੀ ਵੀ ਇੱਜ਼ਤ ਨਹੀਂ ਕਰਨ ਡਿਆ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਯਾਰ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਚੈਨਲ 'ਤੇ ਦੋਸਤੋ ਅੱਜ ਮਨਿੰਦਰ ਬਾਠ ਨੇ ਇੰਸਟਾਗ੍ਰਾਮ 'ਤੇ ਲਾਈਵ ਆ ਕੇ ਸਿੱਧੂ ਮੂਸੇਵਾਲੇ ਨੂੰ ਇੱਕ ਠੋਕਵਾਂ ਰਿਪਲਾਈ ਦਿੱਤਾ ਹੈ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਇਹ ਵੀਡੀਓ ਦੋਸਤੋ ਤੁਸੀਂ ਦੱਸੋ ਕਿ ਮਨਿੰਦਰ ਬਾਠ ਜੋ ਕੁਝ ਕਹਿ ਰਿਹਾ ਸਹੀ ਕਹਿ ਰਿਹਾ ਹੈ ਆਪਣੀ ਰਾਏ ਕਮੈਂਟਾਂ ਵਿੱਚ ਦਿਓ ਨਾਲ ਦੇ ਨਾਲ ਇਸ ਵੀਡੀਓ ਨੂੰ ਕਰ ਦਿਓ ਸ਼ੇਅਰ ਇੰਡਸਟਰੀ ਦੀ ਹੋਰ ਅਪਡੇਟ ਵਾਸਤੇ ਇਸ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੈਂ ਇੱਕੋ ਗੱਲ ਕਹਿੰਦਾ ਭਾਵੇਂ ਪ੍ਰੈਕਟਿਸ ਕਰਕੇ ਆ ਜੀ ਮੇਰਾ ਭਰਾ ਮੈਂ ਸੱਚੀ ਗੱਲ ਮੇਰਾ ਵੀਰ ਜਿਹੜਾ ਵੀ ਕਾਲ ਕਰਨ ਡਿਆ ਮੇਰੇ ਵੀਰੋ ਬਾਅਦ ਚੋਂ ਕਰ ਲਿਓ ਤੇ ਕਰਦੇ ਗੱਲ ਮੈਂ ਸਾਰਿਆਂ ਦੀ ਸੱਚ ਕਾਲਾਂ ਤੋਂ ਵੀ ਗੱਲ ਚੇਤੇ ਆ ਗਈ ਪਹਿਲਾਂ ਤਾਂ ਮੈਂ ਉਹ ਗੱਲ ਕਰਨਾ ਤੁਹਾਡੇ ਨਾਲ ਵੀ ਮੇਰੇ ਵੀਰ ਜੇ ਤੂੰ ਕਵੇਂ ਵੀ ਮੈਂ ਤੈਨੂੰ ਕਹਿੰਦਾ ਵੀ ਢੋਲ 'ਤੇ ਆ ਜਾ ਮੇਰਾ ਭਰਾ ਆ ਜਾ ਕੋਈ ਚੱਕਰ ਨਹੀਂ ਗਾ ਸਿਰਫ ਮੇਰਾ ਤੈਨੂੰ ਗਾਇਕੀ ਜਾ ਵੀਰ ਵੀ ਹਾਂ ਠੀਕ ਆ ਜੇ ਤੈਨੂੰ ਲੋਕ ਪਸੰਦ ਕਰਨ ਡੇ ਆ ਨਾ ਤੂੰ ਮਾੜਾ ਨਹੀਂ ਗਾ ਤੂੰ ਬਹੁਤ ਵਧੀਆ ਜੇ ਤੈਨੂੰ ਇੰਨੇ ਲੋਕ ਪਸੰਦ ਕਰਨ ਡੇ ਆ ਪਰ ਥੋੜ੍ਹਾ ਜਿਹਾ ਸਾਰਿਆਂ ਨੂੰ ਰਿਸਪੈਕਟ ਦੇ ਮੇਰਾ ਭਰਾ ਸਾਰਿਆਂ ਨੂੰ ਮੇਰਾ ਸਟੇਟਸ ਪਾਉਣ ਦਾ ਮਤਲਬ ਇਹ ਤਾਂ ਮੈਂ ਡਿਲੀਟ ਕਿਉਂ ਕੀਤਾ ਫਿਰ ਦੱਸ ਦਿੰਦਾ ਮੈਨੂੰ ਕਿ ਮੇਰੇ ਰਿਸਪੈਕਟੇਬਲ ਦੀ ਆਈ ਸੀ ਕਾਲ ਮੈਂ ਤਾਂ ਡਿਲੀਟ ਕੀਤਾ ਸਵੇਰੇ ਅਦਰਵਾਈਜ਼ ਮੈਂ ਹੋ ਸਕਦਾ ਰੋਟੀ ਤੋਂ ਲਾ ਸਕਿਆ ਮੈਨੂੰ ਇਹ ਦੱਸ ਆਹ ਗਾਇਕੀ ਵਾਲੀ ਗੇਮ 'ਚੋਂ ਮੈਂ ਬਹੁਤ ਬਾਹਰ ਹਾਂ ਬੰਦਾ ਮੈਂ ਇੱਥੇ ਕੰਮ ਕਰਕੇ ਵੀਰ ਖਾਣ ਡਿਆ ਇੱਥੇ ਮੈਂ ਕੰਮ ਕਰਕੇ ਆਸਟ੍ਰੇਲੀਆ 'ਚ ਖਾਣ ਡਿਆ ਮੈਂ ਨਹੀਂ ਡਰਦਾ ਡੁਰਦਾ ਕਿਸੇ ਕੋਲ ਵੀ ਨਾ ਮੈਂ ਤੇਰੇ ਜਿਹੜੇ ਆ ਡੇ ਆ ਥੱਲੇ ਕਮੈਂਟ ਮੈਨ ਕਲੰਨ ਗਏ ਭੈਣ ਦੇ ਲੌੜੇ ਇਹਨਾਂ ਤੋਂ ਡਰਦਾ ਨਹੀਂ ਮੈਂ ਸਹੀ ਆ ਪਾਈ ਸੀ ਮੈਂ ਡਿਲੀਟ ਮੈਂ ਕੀਤੀ ਮੈਂ ਕਿ ਆਪਣੇ ਰਿਸਪੈਕਟੇਬਲ ਦੇ ਕਰਕੇ ਕੀਤੀ ਪੋਸਟ ਪਾਈ ਤਾਂ ਆਪਣੀ ਮਰਜ਼ੀ ਨਾਲ ਮੈਂ ਇੱਕ ਠੋਕ ਕੇ ਨਾ ਮੈਂ ਪਾਈ ਆ ਪਰ ਤੈਨੂੰ ਇੱਕ ਹਾਂ ਉਹ ਹੋ ਸਕਦਾ ਵੀ ਮੈਂ ਤੱਤੇ ਥੋੜ੍ਹੇ ਜਿਹੇ ਸ਼ਬਦ ਵਰਤ ਜਾਵਾਂ ਜੇ ਤੈਨੂੰ ਬੁਰਾ ਲੱਗਾ ਜਾਂ ਕਿਸੇ ਨੂੰ ਠੇਸ ਪਹੁੰਚੀ ਆ ਤੇ ਉਹ ਹੋ ਸਕਦਾ ਵੀ ਚਲੋ ਮੈਂ ਉਹਨੂੰ ਮੈਨੂੰ ਸੁਧਾਰ ਕੇ ਲਿਖਣੀ ਚਾਹੀਦੀ ਸੀ ਸਹੀ ਆ ਪਰ ਮੇਰਾ ਤੈਨੂੰ ਡੀਫੇਮ ਕਰਨ ਦਾ ਮਤਲਬ ਨਹੀਂ ਕੋਈ ਤੇਰੇ ਤੋਂ ਕੋਈ ਫੇਮ ਲੈਣ ਦਾ ਮਤਲਬ ਨਹੀਂ ਮੈਨੂੰ ਕੋਈ ਪਰਵਾਹ ਨਹੀਂ ਗਾਇਕੀ ਗੁਕੀ ਦੀ ਮੈਂ ਸਿਰਫ ਤੇ ਸਿਰਫ ਗਾਇਕੀ ਕਰਦਾ ਸ਼ੌਂਕ ਨੂੰ ਸਹੀ ਆ ਤੇ ਜਿਹਨਾਂ ਦੀ ਰਿਸਪੈਕਟ ਕਰਦੇ ਆ ਪੂਰੀ ਮੈਂ ਗਾਇਕੀ ਕਰਦਾ ਆਪਣੇ ਸ਼ੌਂਕ ਨੂੰ ਰੋਟੀ ਤੋਂ ਲਾ ਸਕਿਆ ਕੰਮ ਦਿੱਤਾ ਬਹੁਤ ਅੱਗੇ ਜਾਵੇਗਾ ਤੂੰ ਜਾ ਵੀ ਰਿਹਾ ਤੂੰ ਜਾਵੇਗਾ ਵੀ ਆਪਾਂ ਨੂੰ ਨੇਮ ਫੇਮ ਨਾਲ ਕੋਈ ਮਤਲਬ ਨਹੀਂ 12 ਚ ਪਾ ਪੂ ਕੇ ਛੱਡ ਤੇ ਆਏ ਐਸੀ ਹਨੇਰੀ ਤੇਰਾ ਚੇਤਾ ਨਾ ਲੈਂਦੀ ਐਸੀ ਹਨੇਰੀ ਲੈਂਦੀ ਸੀ ਤੁਸੀਂ ਗਵਾਹ ਜੇ ਤੇ ਜਿਹੜੇ ਅੱਜ ਕੱਲ੍ਹ ਦੇ ਜਵਾਕ ਜਿਹੜੇ ਹੁਣ ਥੱਲੇ ਕਮੈਂਟ ਕਈ ਮਾੜੇ ਕਰਨ ਡੇ ਉਹ ਮੇਰੇ ਨਾਲ ਨਲੀਆਂ ਚੱਟਦੇ ਜਦੋਂ ਆਪਣਾ ਗੀਤ ਆ ਗਿਆ ਇਹ ਤਾਂ ਹਿੱਟ ਹੋ ਗਏ ਮਾਰਕੀਟ ਦੇ ਵਿੱਚ ਤੇ ਅੱਜ ਵੀ ਉਸੇ ਗੀਤ ਨਾਲ ਮੈਨੂੰ ਜਾਣਦੇ ਆ ਲੋਕ ਸਹੀ ਆ ਤੇ ਮੈਂ ਫੇਰ ਕਹਿੰਦਾ ਆ ਇੱਕ ਠੋਕ ਕੇ ਫਿਰ ਕਹਿੰਦਾ ਆ ਵੀ ਹਾਂ ਪੋਸਟ ਪਾਈ ਸੀ ਪਰ ਤੈਨੂੰ ਤੇਰੇ ਨਾਲ ਕੋਈ ਆਪਣਾ ਵੈਰ ਵਿਰੋਧ ਨਹੀਂ ਬਸ ਮੈਂ ਸਿਰਫ ਤੈਨੂੰ ਇਸ ਕਰਕੇ ਪਾਈ ਮੇਰੇ ਵੀਰ ਯਾਰ ਤੂੰ ਰਿਸਪੈਕਟ ਦਿਆ ਕਰ ਸਾਰਿਆਂ ਨੂੰ ਤੇਰੀ ਚੜ੍ਹਾਈ ਆ ਤੂੰ ਥੋੜ੍ਹਾ ਜਿਹਾ ਇਸ ਬੰਦੇ ਨੂੰ ਆ ਸਹੀ ਆ ਨਾ ਤੂੰ ਮੈਨੂੰ ਮਾੜਾ ਆਖਿਆ ਨਹੀਂ ਕਦੀ ਮੈਨੂੰ ਇੰਨਾ ਪਤਾ ਵਾ ਠੀਕ ਆ ਨਾ ਮੈਂ ਤੈਨੂੰ ਕਦੀ ਮਾੜਾ ਆਖਾਂ ਪਰ ਜਿੱਦਾਂ ਦਾ ਤੂੰ ਆਪਣਾ ਬੋਲਿਆ ਰਿਸਪੈਕਟੇਬਲ ਬੰਦੇ ਇੱਕ ਸਾਡੇ ਨੂੰ ਬੱਬੂ ਮਾਨ ਸਾਹਿਬ ਨੂੰ ਪਰ ਉਦੋਂ ਦਾ ਮੇਰੇ ਦਿਲ 'ਚ ਯਾਰ ਇੱਕੋ ਹੀ ਗੱਲ ਘੁੰਮੀ ਜਾਂਦੀ ਯਾਰ ਵੀ ਇਹ ਬੰਦੇ ਦੀ ਵੀ ਨਹੀਂ ਯਾਰ ਰਿਸਪੈਕਟ ਕੀਤੀ ਕਿੱਡੀ ਗੱਲ ਯਾਰ ਤੇਰੇ ਤੋਂ ਉਦਾਂ ਹੀ ਗਾਣੇ ਚੱਲਣ ਡੇ ਤੈਨੂੰ ਕੀ ਲੋੜ ਆ ਕੰਮ ਦਿੱਤਾ ਬਹੁਤ ਅੱਗੇ ਜਾਏਗਾ ਤੂੰ ਗੱਲ ਪੁੱਛੇ ਤੇ ਤੇਰਾ ਫੇਮ ਨੇਮ ਕੋਈ ਨਹੀਂ ਹੋ ਸਕਦਾ ਤੇਰੇ ਮੁਕੱਦਰ ਤੇਰੇ ਕੋਲ ਕੋਈ ਨਹੀਂ ਹੋ ਸਕਦਾ ਪਰ ਜੇ ਗੱਲ ਰਹੀ ਜ਼ਿਆਦਾ ਹੀ ਮੈਂ